ਆ ਗਿਆ ਤੁਹਾਡਾ ਭਾਈ ਕਾਮਰਾਨ ਸ਼ਮਾਸ ਅੱਜ ਪੰਜਾਬੀ 'ਚ ਵਲੌਗ ਬਣਾਏਗਾ ਕਿਉਂਕਿ ਲੋਕ ਅੱਜ ਕੱਲ੍ਹ ਜ਼ਿਆਦਾ ਪਸੰਦ ਕਰਦੇ ਪਏ ਨੇ ਪੰਜਾਬੀ ਅਤੇ ਅੱਜ ਤੋਂ ਮੇਰਾ ਵਲੌਗ ਬਣੇਗਾ ਪੰਜਾਬੀ ਦੇ ਵਿੱਚ ਅਸੀਂ ਅੱਜ ਉਰਦੂ ਦੀ ਪੋਟਿੰਗ ਕਰਨੀ ਉਰਦੂ ਕਿਸੇ ਕਿਸੇ ਮੁੰਡੇ ਨੇ ਬੋਲਾਂ ਕਰਾਂਗੇ ਉਰਦੂ ਕਿਹੜੀ ਭੈੜੀ ਜ਼ਬਾਨ ਹੈ ਲੇਕਿਨ ਅਸੀਂ ਪੰਜਾਬ 'ਚ ਰਹਿੰਦੇ ਹਾਂ ਪੰਜਾਬੀ ਬੋਲਾਂਗੇ ਅਤੇ ਅੱਜ ਮਾਸ਼ਾਅੱਲਾ ਨਾਮਦਾਰ ਹੋ ਜਾ ਅਸੀਂ ਇਫਤਾਰ ਕਰ ਲਿਆ ਅਤੇ ਕੀਤਾ ਜੀ ਸਾਡੀ ਦਾਵਤ ਸੀ ਕਿਸੇ ਜਗ੍ਹਾ ਦੇ ਉੱਪਰ ਉਹਨਾਂ ਨੇ ਮਾਸ਼ਾਅੱਲਾ ਬੜਾ ਅੱਛਾ ਇੰਤਜ਼ਾਮ ਕੀਤਾ ਸੀ ਅਤੇ ਬੜਾ ਮਜ਼ਾ ਆਇਆ ਸਾਨੂੰ ਇਫਤਾਰੀ ਕਰਨ ਦਾ ਅਤੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਖਾਣੇ 'ਤੇ ਵੀ ਜਾਣਾ ਮੈਂ ਤਾਂ ਨਮਾਜ਼ ਪੜ੍ਹਨ ਇੱਧਰ ਆਇਆ ਸਾਂ ਅਤੇ ਮੈਂ ਇੱਥੇ ਆ ਗਿਆ ਆਪਣੇ ਰੂਫ ਟਾਪ ਦੇ ਉੱਪਰ ਮੈਂ ਕਿਹਾ ਛੋਟੀ ਜਿਹੀ ਵੀਡੀਓ ਬਣਾ ਲਈ ਹੈ ਅੱਜ ਬੁਲਾ ਗਈ ਭੈਣ ਅਤੇ ਮੈਂ ਕਿਹਾ ਲੈ ਜੀ ਅਪਲੋਡ ਕਰ ਲਈ ਅਤੇ ਉਹਨਾਂ ਨੇ ਬੜੀ ਚਾਹਤ ਨਾਲ ਸਾਨੂੰ ਬੁਲਾਇਆ ਸੀ ਇਫਤਾਰੀ ਦੇ ਉੱਪਰ ਮੇਰੇ ਕਜ਼ਨ ਨੇ ਖਾਲਾ ਦੇ ਬੇਟੇ ਨੇ ਅਤੇ ਬੜਾ ਮਜ਼ਾ ਆਇਆ ਉਹਨਾਂ ਘਰ ਇਫਤਾਰੀ ਕਰਨ ਦਾ ਅਤੇ ਉਸ ਤੋਂ ਬਾਅਦ ਹੁਣ ਤਾਂ ਦੁਬਾਰਾ ਜਾਣਾ ਉੱਥੇ ਖਾਣਾ ਖਾਣ ਮੈਂ ਕਿਹਾ ਵੀਡੀਓ ਸ਼ੂਟ ਕਰ ਲਈ ਛੋਟੀ ਜਿਹੀ ਅਤੇ ਹਾਂ ਬਣੀ ਵੀ ਗੈਸ ਪਵਾ ਕੇ ਸੰਡੇ ਸੰਡੇ 'ਚ ਗੈਸ ਪਵਾ ਲਈ ਅਤੇ ਉਹਨਾਂ ਨੂੰ ਗਏ ਨੇ ਦੁੱਧ ਲੈਣ ਅਤੇ ਉਹੀ ਲੋਕਾਂ ਨੇ ਫਿਰ ਤਰਾਵੀਆਂ ਸ਼ਾਵੀਆਂ ਪੜ੍ਹ ਕੇ ਆ ਜਾਣੇ ਅਤੇ ਸਾਡਾ ਕੰਮ ਚਾਹ ਬਣਾ ਕੇ ਉਹਨਾਂ ਨੇ ਆਈਆਂ ਅਤੇ ਉਹਨਾਂ ਨੇ ਅੱਗੋਂ ਕਿੱਥੇ ਗੱਪ ਸ਼ੱਪ ਲਾਉਣੀ ਅਤੇ ਸਾਡੇ ਕੈਫੇ ਦਾ ਨਾਮ ਵੀ ਗੱਪ ਸ਼ੱਪ ਹੀ ਹੈ ਅਸੀਂ ਇਹਦਾ ਨਾਮ ਵੀ ਗੱਪ ਸ਼ੱਪ ਰੱਖਿਆ ਅਤੇ ਬੜਾ ਮਜ਼ਾ ਆਉਂਦਾ ਅੱਜ ਕੱਲ੍ਹ ਅੱਜ 9 ਦਿਨ ਲੰਘ ਗਏ ਪਿੱਛੇ 1 ਦਿਨ ਰਹਿ ਗਏ ਤਾਂ ਬੜਾ ਹੀ ਮਜ਼ੇਦਾਰ ਦਿਨ ਨੇ ਆਏ ਉਹਦੇ ਫਿਰ ਕਦੇ ਅਗਲੇ ਸਾਲ ਨਸੀਬਾ 'ਚ ਹੋਏਗਾ ਅਤੇ ਦਿਨ ਆਵਾਂਗੇ ਅਤੇ ਅੱਜ ਦਾ ਵੀਡੀਓ ਪੂਰਾ ਵੀ ਕਿਉਂ ਨਾ ਇਹਨਾਂ ਤੁਹਾਨੂੰ ਦੱਸ ਦੇਵਾਂਗੇ ਅਸੀਂ ਕੀ ਕਰਦੇ ਹਾਂ ਅਹਿਮਦਾਦ ਬਾਈ ਇੱਕ ਇਹ ਪੱਖਾ ਜੇ ਇਹਦਾ ਆਪਰੇਸ਼ਨ ਕਰਨਾ ਜੇ ਹੈ ਇਹਨੂੰ ਬਾਜ਼ਾਰੋਂ ਸਹੀ ਕਰਾ ਲਾਂਗੇ ਲੱਗਦਾ ਇਹਦੀ ਮੋਟਰ ਦਾ ਮਸਲਾ ਬਣਿਆ ਦਾ ਕਿਉਂਕਿ ਗਰਮੀਆਂ ਆ ਗਈਆਂ ਨੇ ਅਤੇ ਇੱਕ ਇਹ ਪੱਖਾ ਇਧਰ ਆਓ ਇੱਕ ਇਹ ਪੱਖਾ ਗਰਮੀਆਂ ਆ ਗਈਆਂ ਨੇ ਉਹਨਾਂ ਦੀ ਪੈਣੀ ਲੋੜ ਸਾਨੂੰ ਇਹਨਾਂ ਦਾ ਬਗੈਰ ਬੈਠਣ ਜਾਣਾ ਹੈ ਅਤੇ ਉਸ ਤੋਂ ਬਾਅਦ ਇੱਕ ਇਹ ਇਧਰ ਆਓ ਇੱਕ ਇਹ ਵੀ ਏਅਰ ਕੂਲਰ ਇਹ ਵੀ ਸੁੱਟਿਆ ਰਹੀ ਅਸੀਂ ਐਵੇਂ ਆਹੋ ਨਵਾਂ ਕੂਲਰ ਜੇ ਲਾ ਲਿਓ 50,000 ਰੁਪਏ ਕੂਲਰ ਆ ਇਹਨੂੰ ਵੀ ਜ਼ਰਾ ਨਾ ਤਿਆਰ ਸ਼ਿਆਰ ਕਰ ਦਈਓ ਠੀਕ ਹੈ ਤਾਂ ਕਿ ਅੱਗੋਂ ਇਹਨਾਂ ਦੀ ਹੋਣੀ ਹੈ ਵੈਲਿਊ ਲਓ ਜੀ ਹਾਂ ਸਾਹਿਬ ਦੁੱਧ ਲੈ ਕੇ ਆ ਗਏ ਨੇ ਕਿੰਨਾ ਦੁੱਧ ਲੈ ਕੇ ਆਇਓ 12 ਕਿਲੋ ਦੁੱਧ ਲਾਇਆ ਖਾਲਸ ਲਓ ਜੀ ਮਾਸ਼ਾਅੱਲਾ 12 ਕਿਲੋ ਦੁੱਧ ਲੈ ਕੇ ਆ ਗਏ ਨੇ ਖਾਲਸ ਕਿੰਨੇ ਰੁਪਏ ਕਿਲੋ ਲਾਇਆ ਦੁੱਧ ਜਿਹਾ 200 ਰੁਪਏ ਕਿਲੋ ਵਾਲਾ ਤੇ ਵੇਖ ਲਓ ਅਸੀਂ ਹਾਲਤ ਚੀਜ਼ਾਂ ਹੀ ਲੋਕਾਂ ਨੂੰ ਬੁਲਾਉਂਦੇ ਪਿਆ ਅਤੇ ਹਾਲਤ ਉਸਦੀ ਆਪਣੀ ਇੱਕ ਪਹਿਚਾਣ ਹੈ ਡਲ ਬਰਤਨ ਡਲ ਅਸੀਂ ਤੁਹਾਡੇ ਪਿੱਛੇ ਪਿੱਛੇ ਹੀ ਆਉਂਦੇ ਹਾਂ ਅੱਜ ਹਾਂ ਜੀ ਮੈਂ ਕਿਹਾ ਵਲੋਗ ਨਾ ਪੰਜਾਬੀ 'ਚ ਬਣਾਈਏ ਹਾਂ ਮੈਂ ਕਿਹਾ ਉਰਦੂ ਦਾ ਅੱਜ ਨਹੀਂ ਅੱਜ ਪੰਜਾਬੀ 'ਚ ਵਲੋਗ ਬਣਾਉਂਦੇ ਹਾਂ ਲਓ ਜੀ ਭਾਂਡਾ ਸਾਡਾ ਖਾਲੀ ਹੈ ਅਤੇ ਉਹਦੇ ਵਿੱਚ ਹੁਣ ਦੁੱਧ ਪਾ ਲਈਏ ਅਸੀਂ ਮਾਸ਼ਾਅੱਲਾ 12 ਕਿਲੋ ਜੀ ਹਾਂ ਛਾਬਣ ਨੂੰ ਤਕਬੀਰ ਪਾ ਤੀ ਹੈ ਤਕਬੀਰ ਪਾਉਂਦੀ ਦੁੱਧ ਡਿੱਗ ਪਿਆ ਡਿਸਕ ਦੇ ਵਿੱਚ ਇੱਕ ਛਾਬਣ ਆ ਗਿਆ ਮਾਸ਼ਾਅੱਲਾ ਹਾਂ ਜੀ ਮੈਨੂੰ ਲੱਗਦਾ ਪਹਿਲੇ ਦੁੱਧ ਨਾ ਘੱਟ ਦਿੰਦੇ ਸਨ ਪਹਿਲੇ ਬੱਚਾ ਦੁੱਧ ਲੈਣ ਦਿੰਦਾ ਸੀ ਦੁੱਧ ਘੱਟ ਹੁੰਦਾ ਸੀ ਹੁਣ ਚਾਹਵਾਂ ਦੀ ਆਵਾਜ਼ ਪੂਰੀ ਨਿਕਲਦੀ ਸੀ ਕੋਈ ਗੱਲ ਨਹੀਂ ਹਰ ਪਾਸੇ ਬੇਈਮਾਨੀ ਕਰਦੇ ਹੁਣ ਮਾਸ਼ਾਅੱਲਾ ਚਾਹਵਾਂ ਦੀ ਪੂਰੀ ਆਵਾਜ਼ ਨਿਕਲਦੀ ਸੀ ਦੋਨੀ ਦੂਜੇ ਛਾਪਣ ਨੂੰ ਵੀ ਤਕਬੀਰ ਪਾ ਦਈਏ ਹਾਂ ਉਹਨਾਂ ਨੇ ਅਤੇ ਮਾਸ਼ਾਅੱਲਾ ਦੁੱਧ ਤਾਂ ਬੜਾ ਖਾਂਦੇ ਸੀ ਲਾਓ ਥੱਲੇ ਹਾਂ ਤੇ ਗਾਈਸ ਅਸੀਂ ਇਨਸ਼ਾਅੱਲਾ ਹੁਣ ਪੱਖੇ ਸਹੀ ਕਰਾ ਲਗੇ ਆਪਣੇ ਕਿਉਂਕਿ ਅੱਗੇ ਮੌਸਮ ਆ ਗਿਆ ਗਰਮੀ ਦਾ ਅਤੇ ਕਹਿੰਦੀ ਸਾਨੂੰ ਲੋੜ ਪੈਣੀ ਹੈ ਪੱਖਿਆਂ ਦੀ ਪੱਖਿਆਂ ਤੋਂ ਬਗੈਰ ਅਸੀਂ ਬੈਠੇ ਨਹੀਂ ਜਾਣਾ ਹੈ ਅਤੇ ਉਸ ਬਾਅਦ ਭਲਾ ਪੌਦਿਆਂ ਨੂੰ ਪਾਣੀ ਦੇ ਰਹੇ ਹੋ ਪੌਦਿਆਂ ਨੂੰ ਪਾਣੀ ਦੇ ਰਹੇ ਕਿ ਆ ਪੌਦਿਆਂ ਨੂੰ ਪਾਣੀ ਦਿਓਗੇ ਤੇ ਪੌਦੇ ਆਪਣਾ ਫੜ ਲਓਗੇ ਕਿਉਂਕਿ ਸਰਦੀ ਹੈ ਨਾ ਉਹ ਤਾਂ ਜ਼ਿਆਦਾ ਤਾਂ ਕੋਈ ਨਹੀਂ ਸੀਗਾ ਉਹਦੀ ਵਜ੍ਹਾ ਜਿਹੜਾ ਨਾ ਪੌਦੇ ਖਰਾਬ ਹੋ ਗਏ ਸਰ ਪੌਦਿਆਂ ਨੂੰ ਪਾਣੀ ਦੇ ਜਿਹੜੀ ਦਿਓਗੇ ਤੇ ਪੌਦੇ ਗ੍ਰੀਨ ਹੋ ਜਾਣਗੇ ਕਹਿੰਦੇ ਕਹਿੰਦਾ ਇਹਨਾਂ ਨੂੰ ਪਾਣੀ ਦਿੱਤਾ ਗਿਆ ਤੇ ਦੁਬਾਰਾ ਮਾਸ਼ਾਅੱਲਾ ਗ੍ਰੀਨ ਹੋ ਗਏ ਨੇ ਇਸ ਤਰ੍ਹਾਂ ਹੀ ਉੱਧਰ ਲੱਗੇ ਨੇ ਪੌਦੇ ਉੱਧਰ ਸਰਦੀਆਂ ਹਨ ਅਤੇ ਉੱਧਰ ਜਾਂਦਾ ਕੋਈ ਨਹੀਂ ਸੀ ਇਹ ਦੇਖੋ ਭਾਈ ਇਹਨਾਂ ਦੀ ਗੋਡੀ ਵੀ ਕਰ ਲਈਓ ਇਹ ਪੌਦੇ ਨੇ ਸਰਦੀਆਂ 'ਚ ਤਾਂ ਆਉਂਦਾ ਕੋਈ ਨਹੀਂ ਸੀ ਹੈ ਅਤੇ ਉਹਦੀ ਵਜ੍ਹਾ ਨਾਲ ਪੌਦੇ ਮੁਰਝਾ ਗਏ ਸਰ ਪਾਣੀ ਦਿੱਤਾ ਤਾਂ ਲਾਵਾਂਗੇ ਨਹੀਂ ਦੁਬਾਰਾ ਫਿਰ ਉਹਨਾਂ ਨੂੰ ਕਰਦਾ ਬਿਹਤਰੀ ਨਿਜ਼ਾਮ ਕਰਦਾ ਇਹ ਦੁਬਾਰਾ ਸਹੀ ਹੋ ਗਏ ਨੇ
ਤੇ ਅੱਜ ਦੀ ਵੀਡੀਓ ਇੰਨੀ ਸੀ ਅਸੀਂ ਹੁਣ ਜਾਂਦੇ ਹਾਂ ਰੋਟੀ ਖਾਣ ਅਤੇ ਉੱਥੇ ਸਾਨੂੰ ਟਾਈਮ ਲੱਗ ਜਾਣਾ ਅਤੇ ਉਸ ਤੋਂ ਪਹਿਲੇ ਅਸੀਂ ਵੀਡੀਓ ਅਪਲੋਡ ਕਰਕੇ ਜਾਵਾਂਗੇ ਅਤੇ ਅੱਜ ਪੂਰੀ ਵੇਖ ਲਈ ਤੁਹਾਡੀ ਮਿਹਰਬਾਨੀ ਕੱਲ੍ਹ ਵੀ ਵੀਡੀਓ ਚੜ੍ਹਾਈ ਤੁਸੀਂ ਪੂਰੀ ਨਹੀਂ ਵੇਖੀ ਹੈ ਉਹਦੀ ਮੈਂ ਵੀਡੀਓ ਮੇਰੀ ਫਲਾਪ ਹੋ ਗਈ ਹੈ ਅੱਜ ਦੀ ਵੀਡੀਓ ਪੂਰੀ ਵੇਖ ਲਈ ਅਤੇ ਜਿਹਨੇ ਲਾਈਕ ਕਰਨਾ ਲਾਈਕ ਕਰ ਲਿਆ ਜਿਹਨੇ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਵੀ ਕਰ ਲਈਓ ਕੋਈ ਫਰਕ ਨਹੀਂ ਪੈਂਦਾ ਹੈ ਅਤੇ ਨਵੇਂ ਜਿਹੜੇ ਵੀ ਹੈ ਨੇ ਮੇਰੇ ਵਿਵਰਸ ਉਹ ਲਾਜ਼ਮੀ ਕਰਨ ਠੀਕ ਹੈ ਨਾ ਵੀਡੀਓ ਪਸੰਦ ਆਏ ਤਾਂ ਲਾਜ਼ਮੀ ਲਾਈਕ ਕਰੀਓ।